ਵਾਹਿਗੁਰੂ ਜੀ ਤੇ ਇਜੀ ਕੁਕਿੰਗ ਵਾਲੇ ਤਾਂ ਚਲੇ ਗਏ ਸੀ ਬੈਡ ਐਕੀ ਪਏ ਨੇ ਅੱਜ ਹੁਣ ਬੈਡ ਚੱਕ ਕੇ ਬੱਚਿਆਂ ਦੇ ਕਮਰੇ 'ਚ ਲੈ ਕੇ ਜਾਂਦੇ ਆ ਉੱਥੇ ਕੱਢੇ ਸੀਗੇ ਇਹ दो दिन पहले वाहेगुरु जी तो पलवाती सी हूं पिछे बिछा लें अंदर ला के वो गद्दे बिछावांगे मम्मी टाइम ला रहे ने कपड़े नहीं ਵਾਹਿਗੁਰੂ ਜੀ ਇੱਥੋਂ ਬੈੱਡ ਚੱਕਤੇ ਅਤੇ ਹੁਣ ਆ ਮੰਜੇ ਦੀ ਦੌਣ ਕੱਸ ਰਹੇ ਨੇ ਵੀਰ ਜੀ ਵਾਹਿਗੁਰੂ ਜੀ ਦੌਣ ਤਾਂ ਹੀ ਹੁੰਦੀ ਹੈ ਇਹਦੇ ਨਾਲ ਮੰਜਾ ਜੇ ਢਿੱਲਾ ਲੱਗੇ ਫਿਰ ਇਹਨੂੰ ਕੱਸ ਦਿਉ ਮੰਜਾ ਵੀ ਕੱਸਿਆ ਜਾਂਦਾ ਨਾਲੇ ਵਾਹਿਗੁਰੂ ਜੀ ਅਸੀਂ ਹੁਣ ਗੀਜ਼ਰ 'ਚ ਅੱਗ ਬਾਲਣ ਲੱਗੇ ਸੀ ਫਿਰ ਸਾਨੂੰ ਕਮੈਂਟ ਆ ਰਹੇ ਸੀਗੇ ਵੀ ਕਿਵੇਂ ਬਾਲਦੇ ਹੋ ਵੀ ਚੰਗੀ ਤਰ੍ਹਾਂ ਗੀਜ਼ਰ 'ਤੇ ਵੀਡੀਓ ਬਣਾਓ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਹ ਦੇਖੋ ਜਿਹੜਾ ਨੀਚੇ ਇਹਦਾ ਮੂੰਹ ਹੈ ਇਹਦੇ ਵਿੱਚ ਦੀ ਰਾਖ ਹੈ ਜਿਹੜੀ ਇਹ ਨਿਕਲੀ ਜਾਂਦੀ ਹੈ ਨੀਚੇ ਇਹ ਦੇਖੋ ਅਤੇ ਅੱਜ ਅਸੀਂ ਨੇਰੀ ਗੀਜ਼ਰ 'ਚ ਲਾਇਆ ਸੀ ਅਤੇ ਉਦੋਂ ਫਿਰ ਵੀਡੀਓ ਕਲੀਅਰ ਬਣਦੀ ਨਹੀਂ ਹੈਗੀ ਹੁਣ ਥੋੜ੍ਹਾ ਜਦੋਂ ਦਿਨ ਜਿਹਾ ਸਾਫ਼ ਹੋਇਆ ਫਿਰ ਬਣਾਉਣ ਲੱਗੇ ਵਾਹਿਗੁਰੂ ਜਿਹੜੀ ਆਪਣੀ ਰਾਖ ਸੀ ਸਵਾਹ ਸੀ ਅਤੇ ਵੈਸੇ ਤਾਂ ਅਸੀਂ ਰਾਤ ਨੂੰ ਇਹ ਸਾਰੇ ਦਿਨ ਦੀ ਕੱਢ ਦਿੰਦੇ ਹੁੰਦੇ ਹਾਂ ਸਵੇਰ ਨੂੰ ਫਿਰ ਅੱਗ ਬਾਲ ਕੇ ਫਿਰ ਸਾਰੇ ਦਿਨ ਦੀ ਹੋਰ ਹੋ ਜਾਂਦੀ ਹੈ ਇਹ ਅਸੀਂ ਤੁਹਾਡੀ ਵੀਡੀਓ ਬਣਾਉਣ ਵਾਸਤੇ ਫਿਰ ਰਾਤ ਰਾਖ ਕੱਢੀ ਨਹੀਂ ਹੈਗੀ ਵੀ ਇੱਥੋਂ ਦੀ ਇਹਦਾ ਇੱਧਰਲੀ ਸਾਈਡ ਦੇਖੋ ਇੱਥੇ ਮੂੰਹ ਹੈ ਨੀਚੇ ਬਿਲਕੁਲ ਉੱਥੋਂ ਰਾਖ ਨਿਕਲ ਨਿਕਲ ਕੇ ਬਾਹਰ ਆਈ ਜਾਂਦੀ ਹੈ ਵਾਹਿਗੁਰੂ ਜੀ ਵੈਸੇ 'ਚ ਗੋਹੇ ਪਾਏ ਹੋਏ ਨੇ ਤਾਂ ਧੂੰਆਂ ਹੋ ਰਿਹਾ ਵੈਸੇ ਤੁਹਾਨੂੰ ਦਿਖਾਉਂਦੇ ਹਾਂ ਜਿਵੇਂ ਇਹ ਤਾਂ ਹੋ ਗਈ ਰਾਖ ਹੁਣ ਆਪਾਂ ਇਹ ਜਿਹੜਾ ਗੋਹ ਹੈ ਇਹਦੇ ਉੱਪਰ ਤੇਲ ਪਾਵਾਂਗੇ ਅਤੇ ਇਹਨੂੰ ਅੱਗ ਲਾ ਕੇ ਵਿੱਚ ਸੁੱਟ ਦਾਂਗੇ ਅਤੇ ਹੋਰ ਗੋਹੇ ਉਹਦੇ ਉੱਪਰ ਸੁੱਟ ਦਾਂਗੇ ਆਪਣੀ ਅੱਗ ਬਲ ਜੂਗੀ ਪਰ ਹੁਣ ਸਾਡੇ ਇੱਥੇ ਤੇਲ ਆ ਨਹੀਂ ਰਿਹਾ ਹੈਗਾ ਫਿਰ ਅਸੀਂ ਲਿਫਾਫੇ ਕਾਗਜ਼
ਇਹੋ ਜਿਹਾ ਕੁਛ ਸਿੱਟ ਦਿੰਦੇ ਹਾਂ ਅਤੇ ਉਹਨੂੰ ਫਿਰ ਅੱਗ ਲਾ ਦਿੰਦੇ ਹਾਂ। ਇਹਦੇ ਵਿੱਚ ਦੋ ਤਿੰਨ ਪਾਥੀਆਂ ਪੈ ਜਾਂਦੀਆਂ ਨੇ, ਠੀਕ ਹੈ ਜੀ। ਇਹ ਦੇਖੋ ਆਪਾਂ ਗੋਹੇ ਪਾ ਦਿੱਤੇ, ਹੁਣ ਇਹ ਧੂੰਏ ਤੋਂ ਬਾਅਦ ਬਹੁਤ ਜ਼ਿਆਦਾ ਅੱਗ ਮੱਚ ਜਾਣੀ ਹੈ 5 ਕੁ ਮਿੰਟ ਤੱਕ। ਅਤੇ ਹੁਣ ਆਪਾਂ ਇਹਦੇ ਵਿੱਚੋਂ ਫਿਰ 5 ਕੁ ਮਿੰਟ ਨੂੰ ਪਾਣੀ ਲੈਂਦੇ ਹਾਂ, ਗਰਮ ਹੋਇਆ ਹੋਊਗਾ, ਬਹੁਤ ਛੇਤੀ ਗਰਮ ਹੁੰਦਾ ਜਿਹੜੀ। ਦੇਖੋ ਇੱਥੇ ਤਾਂ ਆਪਾਂ ਨੇ ਗੋਹੇ ਪਾ ਦਿੱਤੇ, ਇਹ ਜਿਹੜੀ ਲੇਅਰ ਹੈ ਇਹਦੇ ਵਿੱਚ ਪਾਣੀ ਹੈ, ਇਹ ਟੂਟੀ ਰਾਹੀਂ ਆ ਰਿਹਾ, ਇਹ ਟੂਟੀ ਰਾਹੀਂ ਟੈਂਕੀ ਦੇ ਵਿੱਚੋਂ ਇਸ ਲੇਅਰ ਦੇ ਵਿੱਚ ਪਾਣੀ ਆ ਰਿਹਾ। ਅਤੇ ਜਦੋਂ ਅੱਗ ਵਲਦੀ ਹੈ ਇਹ ਚੀਜ਼ ਗਰਮ ਹੁੰਦੀ ਹੈ ਨਾਲ ਹੀ, ਜਦੀ ਪਾਣੀ ਗਰਮ ਹੋ ਜਾਂਦਾ ਉਸ ਤੋਂ ਬਾਅਦ ਜਿਹੜੀ ਇਹ ਟੂਟੀ ਹੈ ਇਹਦੇ ਰਾਹੀਂ ਅਸੀਂ ਪਾਣੀ ਬਾਹਰ ਕੱਢਦੇ ਹਾਂ, ਠੀਕ ਹੈ ਜੀ। ਵਾਹਿਗੁਰੂ ਜੀ, ਇੱਧਰ ਜਿਵੇਂ ਦੱਸਿਆ ਵੀ ਜਿਹੜੀ ਇਹ ਮਧਾਣੀ ਹੈ ਸਿਰਫ ਇਹ 2 ਕਿਲੋ ਹੀ ਦਹੀਂ ਰੜਕਦੀ ਹੈ, ਇਸ ਤੋਂ ਜ਼ਿਆਦਾ ਨਹੀਂ। ਇਹ ਦੇਖੋ ਹੁਣ ਆਪਾਂ ਇਹ ਵੀ ਸਾਫ਼ ਕਰਾਂਗੇ, ਫਿਰ ਆਪਣੀ ਲੱਸੀ ਤਿਆਰ ਹੋ ਜੂਗੀ। ਇਹ ਤਾਂ ਅਸੀਂ ਰੋਜ਼ ਹੀ ਕਰ ਲੈਂਦੇ ਹੁੰਦੇ ਹਾਂ ਇੰਨੀ ਕੁ, ਇਹਦੀ ਸਾਨੂੰ ਬੜੀ ਮਧਾਣੀ ਨਾਲੋਂ ਜ਼ਿਆਦਾ ਆਰਾਮਦਾਰੀ ਹੈ। ਇੱਧਰ ਵਾਹਿਗੁਰੂ ਜੀ, ਜਿਵੇਂ ਧਾਰ ਦਾ ਨਿਬੜ ਗਿਆ, ਦੁੱਧ ਨੂੰ ਉਬਾਲੀ ਆ ਗਈ, ਥੋੜ੍ਹਾ ਕੱਚਾ ਰੱਖ ਲੈਂਦੇ ਹੁੰਦੇ ਹਾਂ ਚਾਹ ਵਾਸਤੇ, ਬਾਕੀ ਸਾਰੇ ਨੂੰ ਉਬਾਲੀ ਦੇ ਲੈਂਦੇ ਹਾਂ। ਅਤੇ ਇਹ ਹੁਣ ਭਾਂਡੇ ਦੁੱਧ ਵਾਲੇ ਨੇ, ਹੁਣ ਇਹਨਾਂ ਨੂੰ ਉੱਥੋਂ ਗਰਮ ਪਾਣੀ ਲੈ ਕੇ ਆਉਂਦੀ ਹਾਂ, ਸਾਫ਼ ਕਰਾਂਗੇ। ਵਾਹਿਗੁਰੂ ਜੀ, ਸਵੇਰੇ ਸਵੇਰੇ ਫਿਰ ਜਿਹੜੇ ਇਹ ਪੰਛੀ ਹੁੰਦੇ ਨੇ ਇਹ ਵੀ ਆਲ੍ਹਣਿਆਂ 'ਚੋਂ ਨਿਕਲ ਕੇ ਆਪਣੀ ਚੋਗੇ ਵਾਸਤੇ ਤਿਆਰ ਹੋ ਜਾਂਦੇ ਨੇ। ਇਹਨਾਂ ਨੇ ਵੀ ਖਾਣਾ ਲੱਭਣਾ ਚੁਗਣਾ ਹੁੰਦਾ ਆਪਣੇ ਬੱਚਿਆਂ ਨੂੰ, ਦੇਖੋ ਇਹ ਵੀ ਪਾਲ ਰਹੇ ਨੇ। ਇੱਧਰ ਜਿਵੇਂ ਧਾਰ ਦਾ ਤਾਂ ਅਸੀਂ ਸਵੇਰੇ 5 ਵਜੇ ਕੱਢ ਲੈਂਦੇ ਹਾਂ, ਹੁਣ ਇਹ ਜਿਵੇਂ 6 ਵਜੇ ਦਾ ਟਾਈਮ ਹੈ 6:30 ਦਾ। ਇੱਧਰ ਸਾਡਾ ਲੇਟੀ ਦਾ ਹੋ ਜਾਂਦਾ ਰੋਜ਼, ਦਲੀਆ ਲੇਟੀ ਰੱਖਦੇ ਹਾਂ ਮੱਝ ਵਾਸਤੇ, ਕਦੇ ਨਮਕ ਪਾ ਤਾ ਕਦੇ ਗੁੜ ਪਾ ਤਾ, ਦੋਵੇਂ ਤਰ੍ਹਾਂ ਖਾ ਲੈਂਦੀਆਂ ਨੇ। ਵਾਹਿਗੁਰੂ ਜੀ, ਇਹ ਦੇਖੋ ਦਲੀਏ ਦੇ ਵਿੱਚ ਬੜੇਵੇਂ ਵੀ ਪਾਏ ਨੇ, ਪਾਣੀ ਘੱਟ ਨਹੀਂ ਲੱਗਦਾ। ਵਾਹਿਗੁਰੂ ਜੀ, ਅੱਜ ਸੰਡੇ ਹੈ ਅਤੇ ਬੱਚੇ ਤਾਂ ਵੈਸੇ ਵੀ ਆਰਾਮ ਨਾਲ ਹੀ ਉੱਠਦੇ ਨੇ, ਉਹਨਾਂ ਦਾ ਰੋਜ਼ ਹੀ ਸੰਡੇ ਹੈ। ਇੱਧਰ ਟੱਪ ਦੇ ਵਿੱਚ ਮੋਟਰ ਜਦੋਂ ਚੱਲਦੀ ਹੈ ਫਿਰ ਤਾਜ਼ਾ ਭਰ ਲੈਂਦਾ, ਉਹ ਜਿਹੜਾ ਚਵੱਚਾ ਹੈ ਉਹਦੇ ਵਿੱਚ ਜਿਹੜਾ ਸਟੋਰ ਕਰਦੇ ਹਾਂ ਫਿਰ ਉਹ ਤਾਂ ਬਹੁਤ ਠੰਡਾ ਹੋ ਜਾਂਦਾ। ਇਹ ਹੁਣੀ ਜਦੋਂ ਹਾਂਜੀ ਵਾਹਿਗੁਰੂ ਜੀ, ਇਹ ਪੀਪੀ ਭਰ ਕੇ ਗੁੜਦੀ ਇੱਧਰ ਹੀ ਰੱਖ ਲੈਂਦੇ ਹੁੰਦੇ ਹਾਂ ਜਿੱਥੇ ਬੜੇਵੇਂ ਵਗੈਰਾ ਪਏ ਨੇ ਮੱਝਾਂ ਵਾਸਤੇ। ਡੈਡੀ ਜਲਦੀ ਉੱਠਦੇ ਨੇ ਗੁਰਦੁਆਰੇ ਜਾ ਕੇ ਆ ਕੇ, ਹੁਣ ਫਿਰ ਉਹ ਵੀ ਪਏ ਨੇ ਹੁਣ। ਵਾਹਿਗੁਰੂ ਜੀ, ਜਦੋਂ ਕੱਲ੍ਹ ਸੌਦਾ ਲੈ ਕੇ ਆਏ ਹਾਂ ਫਿਰ ਗੁੜ ਵਗੈਰਾ ਵੀ ਲਿਆਂਦਾ ਸੀ, ਇਹ ਗੁੜ ਦੀ ਇਹ 5 ਕਿਲੋ ਦੀ ਪੀਪੀ ਹੈ, ਭਰ ਕੇ ਫਿਰ ਇੱਧਰ ਹੀ ਰੱਖ ਲੈਂਦੇ ਹੁੰਦੇ ਹਾਂ ਜਦੋਂ ਮੱਝਾਂ ਦੀ ਲੇਟੀ ਬਣਦੀ ਹੈ ਫਿਰ ਨਾਲ ਹੀ ਗੁੜ ਪੈ ਜਾਂਦਾ, ਫਿਰ ਕਈ ਵਾਰ ਰੋਜ਼ ਰਸੋਈ 'ਚ ਚੱਕਣ ਜਾਓ ਭੁੱਲ ਜਾਂਦਾ, ਇਹ ਮੱਝਾਂ ਵਾਸਤੇ ਹੀ ਲਿਆਂਦਾ। ਵਾਹਿਗੁਰੂ ਜੀ, ਇਹ ਦੇਖੋ ਲੱਸੀ ਰਿੜਕੀ ਗਈ ਅਤੇ ਮੱਖਣ ਆ ਗਿਆ, ਇਹਨੂੰ ਸਾਫ਼ ਕਰਾਂਗੇ।
मैं एक केली गर्म पानी की लियाई उतों गीजर चो हो गया भांडे साफ करने वास्ते। ठीक है जी, तो हम आप पहला मखनी कढ़ लें बाद च भांडे साफ करते हैं। वाहगुरु जी, मैं रसोई का नबेड़ लेना, दीदी ने बाहर ला, फिर बस बच्चे उठणगे, फिर उस तो बाद बच्चों का शुरू हो जाता, सारा दिन चली जाता। वाहगुरु जी, ये 2 किलो दुध तो नहीं इन्ना मक्खन आता है जोड़ा असं कच्चा दुध रखते हैं चाह वास्ते, तो जोड़ा जिम्मे उबाली वाला बच जाता है भी आप फ्रिज रख दें, फिर इन्हें क्रीम आ जाती है, वह क्रीम भी असी रोज़ दी रोज़ बिच पाई होंगी है, फिर तां करके मक्खन ज़्यादा हो जाता है, नहीं कल दही दे तो फिर थोड़ा जहा ही आता है। चलो ठीक है जी, अपना लस्सी बन के तैयार है, मक्खन बन के तैयार है, हूँ आप फतेह बुलाइए, गुरु महाराज सब का भला करना। वाहिगुरु जी का खालसा, वाहिगुरु जी की फतेह।